ਸ੍ਰੀ ਅਕਾਲ ਤਖਤ ਸਾਹਿਬ ਤੇ ਬਾਕੀ ਤਖਤ ਸਾਹਿਬਾਨ ਨਾਲ ਜੁੜ ਰਹੇ ਨੇ ਉਹਨਾਂ ਦਾ ਸਾਥ ਦਿਓ, ਕਿਉਂਕਿ ਤੋੜਨ ਵਾਲਿਆਂ ਮਗਰ ਤਾਂ ਦਿੱਲੀ ਦਰਬਾਰ ਖੜੋਤਾ ਹੋਇਆ, ਦਿੱਲੀ ਸਰਕਾਰ ਖੜੋਤੀ ਹੋਈ ਹੈ, ਫਿਰ ਹਮੇਸ਼ਾ ਹੀ ਖੜਦੀ ਆਈ ਹੈ। ਇਹ ਨਹੀਂ ਹੈ ਕਿ ਅੱਜ ਮੁਗਲਾਂ ਵੇਲੇ ਵੀ ਖੜੀ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲੋਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਨਾਲੋਂ, ਸਾਡੇ ਤਖਤ ਸਾਹਿਬਾਨ ਦੇ ਨਾਲੋਂ। ਤੋੜਨ ਵਾਲੇ ਜਿਹੜੇ ਨੇ ਬਹੁਤ ਹੈ, ਜੋੜਨ ਵਾਲੇ ਜਿਹੜੇ ਨੇ ਉਹ ਬਹੁਤ ਘੱਟ ਹੈ। ਹੋਲਾ ਮਹੱਲਾ ਮੋਗੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਣ ਪਹੁੰਚੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਪਿੱਛੇ ਦਿੱਲੀ ਤੋਂ ਸਿੱਖ ਵਿਰੋਧੀ ਸਾਜ਼ਿਸ਼ਾਂ ਹੋਣ ਦਾ ਸੰਕੇਤ ਕੀਤਾ। ਉਹਨਾਂ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ, ਬਲਕਿ ਜਦੋਂ ਤੋਂ ਛੇਵੇਂ ਪਾਤਸ਼ਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ ਉਦੋਂ ਤੋਂ ਹੀ ਇਹ ਸਿੱਖ ਵਿਰੋਧੀ ਤਾਕਤਾਂ, ਖਾਸ ਕਰਕੇ ਮੁਗਲ ਅਤੇ ਅੰਗਰੇਜ਼ ਹਕੂਮਤ ਅਤੇ 1947 ਮਗਰੋਂ ਵੱਖ ਵੱਖ ਮੌਕਿਆਂ 'ਤੇ ਸੱਤਾ ਅਤੇ ਕਾਬਜ਼ ਕੇਂਦਰੀ ਸਰਕਾਰਾਂ ਦੇ ਨਿਸ਼ਾਨੇ 'ਤੇ ਰਿਹਾ। ਇਸ ਮੌਕੇ ਉਹਨਾਂ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਵੀ ਮੌਜੂਦ ਸੀ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਸਰਵਉੱਚ ਸੰਸਥਾ ਹੈ। ਇਸ ਸੰਸਥਾ ਦਾ ਇਹੋ ਮੰਤਵ ਹੈ ਕਿ ਜੇਕਰ ਕੋਈ ਕੌਮੀ ਮਸਲਾ ਹੈ ਤਾਂ ਉਸਦਾ ਹੱਲ ਮਿਲ ਬੈਠ ਕੇ ਸੰਵਾਦ ਰਾਹੀਂ ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਕੱਢਿਆ ਜਾਵੇ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਇੰਨਾ ਹੀ ਨਹੀਂ, ਬਲਕਿ ਸਿੱਖ ਧਰਮ ਇਹ ਵੀ ਦੱਸਦਾ ਹੈ ਕਿ ਜੇ ਕੋਈ ਇਨਸਾਨ ਗਲਤੀ ਕਰ ਲੈਂਦਾ ਹੈ ਤਾਂ ਉਸਨੂੰ ਆਪਣੀ ਗਲਤੀ ਮੰਨ ਕੇ ਭੁੱਲ ਬਖਸ਼ਾਉਣ ਦਾ ਪੂਰਾ ਅਧਿਕਾਰ ਹੈ। ਇਸ ਲਈ ਜੇ ਕੋਈ ਵੀ ਸ੍ਰੀ ਅਕਾਲ ਤਖ਼ਤ 'ਤੇ ਪੇਸ਼ ਹੋਣ ਲਈ ਆਵੇਗਾ, ਉਹ ਜਥੇਦਾਰ ਹਰਪ੍ਰੀਤ ਸਿੰਘ ਜਾਂ ਕਿਸੇ ਹੋਰ ਨੂੰ ਨਹੀਂ, ਬਲਕਿ ਗੁਰੂ ਦੇ 5 ਜਥੇਦਾਰਾਂ ਜਾਂ 5 ਪਿਆਰਾਂ ਦੇ ਸਨਮੁਖ ਹੀ ਪੇਸ਼ ਹੋਵੇਗਾ। ਨਿਸ਼ਚੈ ਹੀ ਉੱਥੋਂ ਅਸਾਰੂ ਹੱਲ ਨਿਕਲਦਾ, ਫਿਰ ਚਾਹੇ ਉਹ ਕੋਈ ਵੀ ਹੋਵੇ। ਉਹਨਾਂ ਦੱਸਿਆ ਕਿ 1, 2 ਅਤੇ 3 ਮਈ ਨੂੰ ਸ੍ਰੀ ਅਨੰਦਪੁਰ ਸਾਹਿਬ ਵਿੱਚ ਕੌਮੀ ਇਜਲਾਸ ਬੁਲਾਉਣ ਦੀ ਤਜਵੀਜ਼ ਹੈ, ਤਾਂ ਜੋ ਪੰਥ ਅੱਗੇ ਬਣੀਆਂ ਚੁਣੌਤੀਆਂ 'ਤੇ ਗੰਭੀਰਤਾ ਨਾਲ ਵਿਚਾਰ ਹੋ ਸਕੇ। ਹੋਲਾ ਮਹੱਲਾ ਮੌਕੇ ਜਥੇਦਾਰ ਨੇ ਸਿੱਖ ਕੌਮ ਨੂੰ ਕਿਸੇ ਵੀ ਤਰ੍ਹਾਂ ਦੇ ਬਨਾਵਟੀ ਰੰਗਾਂ ਨੂੰ ਨਾ ਵਰਤਣ ਦੀ ਅਪੀਲ ਕੀਤੀ ਹੈ। ਅਤੇ ਇੱਥੇ ਹੀ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਣੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀਆਂ 2 ਜਥੇਦਾਰੀਆਂ ਦੀ ਉਹਨਾਂ ਕਦੇ ਮੰਗ ਨਹੀਂ ਕੀਤੀ ਹੈ ਅਤੇ ਨਾ ਹੀ ਕੋਈ ਲਾਲਸਾ ਰੱਖੀ ਹੈ। ਇਸ ਲਈ ਜੇ ਅੱਜ ਕੋਈ ਕਹੇ ਤਾਂ ਮੈਂ ਇੱਕ ਸੇਵਾ ਛੱਡਣ ਨੂੰ ਤਿਆਰ ਹਾਂ। ਸ੍ਰੀ ਅਕਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਵਿਹੜੇ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸਮੂਹ ਖਾਲਸਾ ਪੰਥ ਹਾਜ਼ਰ ਹੋਇਆ ਹੋਲਾ ਮਹੱਲਾ ਮਨਾਉਣ ਵਾਸਤੇ। ਜਦੋਂ ਦੁਨੀਆ ਕੋਰੋਨਾ ਵਾਇਰਸ ਦੇ ਭੈ ਦੇ ਨਾਲ ਭੈ ਭੀਤ ਹੋਈ ਪਈ ਹੈ, ਡਰ ਦੇ ਨਾਲ ਕੰਬ ਰਹੀ ਹੈ, ਐਸੇ ਹਾਲਾਤਾਂ ਦੇ ਵਿੱਚ ਜੇ ਕਿਸੇ ਨੇ ਖਾਲਸੇ ਦੀ ਬੇਪਰਵਾਹੀ ਦੇਖਣੀ ਹੈ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਆ ਕੇ ਦੇਖ ਸਕਦਾ ਹੈ। ਬੇਪਰਵਾਹ ਖਾਲਸਾ ਅੱਜ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਆਪਣੇ ਗੁਰੂ ਨੂੰ ਨਤਮਸਤਕ ਹੋਣ ਵਾਸਤੇ ਤੇ ਹੋਲਾ ਮਹੱਲਾ ਮਨਾਉਣ ਵਾਸਤੇ ਪਹੁੰਚਿਆ। ਇਹ ਕਿਸੇ ਕਰਾਮਾਤ ਤੋਂ ਘੱਟ ਹੈ। ਜਦੋਂ ਦੁਨੀਆ ਦੇ ਵਿੱਚ ਸਲਾਹਾਂ ਦਿੱਤੀਆਂ ਜਾ ਰਹੀਆਂ ਨੇ ਕਿ 4 ਬੰਦਿਆਂ ਤੋਂ ਵੱਧ ਕਿਤੇ ਬੰਦੇ ਇਕੱਠੇ ਨਾ ਹੋਣ ਤੇ ਖਾਲਸਾ ਲੱਖਾਂ ਦੀ ਤਾਦਾਦ ਵਿੱਚ ਸ੍ਰੀ ਅਨੰਦਪੁਰ ਸਾਹਿਬ ਇਕੱਠਾ ਹੋਇਆ ਹੈ, ਇਹ ਗੁਰੂ ਦੀ ਕਰਾਮਾਤ ਹੀ ਹੈ, ਇਹ ਗੁਰੂ ਦੀ ਅਜ਼ਮਤ ਹੀ ਹੈ। ਦੂਸਰੀ ਬੇਨਤੀ ਮੈਂ ਕਰਾਂਗਾ ਕਿ ਵਕਤ ਬਹੁਤ ਹੋ ਗਿਆ, ਜ਼ਿਆਦਾ ਸਮਾਂ ਨਹੀਂ ਲੈਣਾ। ਅੱਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲੋਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਨਾਲੋਂ, ਸਾਡੇ ਤਖ਼ਤ ਸਾਹਿਬਾਨ ਦੇ ਨਾਲੋਂ, ਤੋੜਨ ਵਾਲੇ ਜਿਹੜੇ ਨੇ ਬਹੁਤ ਹੈ, ਜੋੜਨ ਵਾਲੇ ਜਿਹੜੇ ਨੇ ਉਹ ਬਹੁਤ ਘੱਟ ਹੈ। ਅੱਜ ਤੋੜਿਆ ਜਾ ਰਿਹਾ ਤੇ ਮੈਂ ਇਸ ਪਾਵਨ ਧਰਤੀ ਤੋਂ ਆਪ ਸਾਰੀ ਸੰਗਤ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਰਹੇ ਨੇ, ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ
ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਜੋੜ ਰਹੇ ਨੇ, ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੇ ਬਾਕੀ ਤਖਤ ਸਾਹਿਬਾਨ ਨਾਲ ਜੋੜ ਰਹੇ ਨੇ, ਉਹਨਾਂ ਦਾ ਸਾਥ ਦਿਓ। ਕਿਉਂਕਿ ਤੋੜਨ ਵਾਲਿਆਂ ਮਗਰ ਤਾਂ ਦਿੱਲੀ ਦਰਬਾਰ ਖੜੋਤਾ ਹੋਇਆ, ਦਿੱਲੀ ਸਰਕਾਰ ਖੜੋਤੀ ਹੋਈ ਹੈ ਔਰ ਹਮੇਸ਼ਾ ਹੀ ਖੜਦੀ ਆਈ ਹੈ। ਇਹ ਨਹੀਂ ਹੈ ਕਿ ਅੱਜ ਮੁਗਲਾਂ ਵੇਲੇ ਵੀ ਖੜੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਤਖਤ ਦੀ ਸਿਰਜਣਾ ਕੀਤੀ, ਉਸ ਵਕਤ ਦਿੱਲੀ ਦੀ ਹਕੂਮਤ ਜਿਹੜੀ ਹੈ ਉਹ ਇਸ ਤਖਤ ਦੇ ਖਿਲਾਫ ਸੀ। ਅੰਗਰੇਜ਼ਾਂ ਦਾ ਸਮਾਂ ਆਇਆ ਉਸ ਵਕਤ ਕੀ ਵੀ ਹਕੂਮਤ ਜਿਹੜੀ ਹੈ ਇਸ ਤਖਤ ਦੇ ਖਿਲਾਫ ਸੀ। ਅੱਜ ਵੀ ਹਕੂਮਤਾਂ ਜਿਹੜੀਆਂ ਨੇ ਇਸ ਤਖਤ ਦੀ ਮੁਖਾਲਫਤ ਕਰਦੀਆਂ ਹੀ ਕਰਦੀਆਂ ਨੇ, ਕਦੇ ਕਿਸੇ ਰੂਪ 'ਚ ਕਰਦੀਆਂ ਨੇ, ਕਦੇ ਕਿਸੇ ਰੂਪ 'ਚ ਕਰਦੀਆਂ ਨੇ, ਕਦੇ ਸਿੱਧੇ ਰੂਪ 'ਚ ਕਰਦੀਆਂ ਨੇ, ਕਦੇ ਅਸਿੱਧੇ ਰੂਪ 'ਚ ਕਰਦੀਆਂ ਨੇ, ਕਦੇ ਦੇ ਨਾਲ ਕਰਦੀਆਂ ਨੇ ਤੇ ਕਦੇ ਟੇਢੇ ਢੰਗ ਦੇ ਨਾਲ ਕਰਦੀਆਂ ਨੇ, ਪਰ ਕਰਦੀਆਂ ਜ਼ਰੂਰ ਹੈ। ਇਸ ਕਰਕੇ ਸਾਧ ਸੰਗਤ ਜੀ, ਅਸੀਂ ਜੋੜਨ ਵਾਲਿਆਂ ਦਾ ਸਾਥ ਦੇਣਾ, ਤੋੜਨ ਵਾਲਿਆਂ ਦਾ ਸਾਥ ਨਹੀਂ ਦੇਣਾ। ਇਹ ਮੈਂ ਆਪ ਸਾਰੀ ਸੰਗਤ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਅਪੀਲ ਕਰਦਾ, ਔਰ ਨਾਲ ਇਹ ਵੀ ਬੇਨਤੀ ਕਰਦਾ ਕਿ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਆਏ ਹਾਂ ਹੋਲਾ ਮਹੱਲਾ ਮਨਾਉਣ ਵਾਸਤੇ। ਅੱਜ ਸਭ ਤੋਂ ਵੱਧ ਜੇ ਸਾਡੇ ਸਾਹਮਣੇ ਚੁਣੌਤੀ ਹੈ ਤੇ ਉਹ ਸਾਡੀ ਪਹਿਚਾਣ ਹੈ। ਪਿੰਡਾਂ ਦੇ ਵਿੱਚ ਸਾਡੀ ਪਹਿਚਾਣ ਨੂੰ ਖੋਰਾ ਲੱਗ ਰਿਹਾ, ਧੜਾ ਧੜ ਜਿਹੜੇ ਹੈ ਕੇਸ ਕਤਲ ਹੋ ਰਹੇ ਨੇ, ਧੜਾ ਧੜ ਸਿਰਾਂ ਤੋਂ ਦਸਤਾਰਾਂ ਲੈ ਰਹੀਆਂ ਨੇ। ਅੱਜ ਜ਼ਰੂਰਤ ਹੈ ਕਿ ਅਸੀਂ ਆਪਣੀ ਪਹਿਚਾਣ ਨੂੰ ਬਚਾਉਣ ਵਾਸਤੇ ਸਾਡੀਆਂ ਪੰਥਕ ਸੰਸਥਾਵਾਂ, ਜਿੰਨੀਆਂ ਵੀ ਸਾਡੀਆਂ ਪੰਥਕ ਸੰਸਥਾਵਾਂ ਨੇ ਜਿਹੜੀਆਂ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਨੇ, ਉਹ ਅੱਜ ਸਾਡੀ ਪਹਿਚਾਣ ਨੂੰ ਬਚਾਉਣ ਵਾਸਤੇ ਜਿਹੜਾ ਹੈ ਉਹ ਅੱਗੇ ਆਉਣ। ਸਾਡੀ ਨੌਜਵਾਨੀ ਜਿਹੜੀ ਹੈ ਨਸ਼ਿਆਂ ਦਾ ਸ਼ਿਕਾਰ ਹੋ ਰਹੀ ਹੈ, ਸਾਡੀਆਂ ਪੰਥਕ ਸੰਸਥਾਵਾਂ ਜਿਹੜੀਆਂ ਉਹਨਾਂ ਨੂੰ ਬਚਾਉਣ ਵਾਸਤੇ ਜ਼ਿੰਮੇਵਾਰੀ ਸੰਭਾਲ। ਪਾਵਨ ਧਰਤੀ ਤੋਂ ਇਹ ਪਰਨ ਕਰਕੇ ਜਾਣਾ ਹੈ ਕਿ ਜੇ ਅਸੀਂ ਕੇਸਾਂ ਦੀ ਬੇਅਦਬੀ ਕਰਦੇ ਹਾਂ ਤੇ ਆਉਣ ਵਾਲੇ ਹੋਲੇ ਮਹੱਲੇ ਦੇ ਉੱਤੇ ਅਸੀਂ ਕੇਸਾਂ ਸਹਿਤ ਹਾਜ਼ਰ ਹੋਈਏ, ਜੇ ਸਾਡੇ ਸਿਰਾਂ ਤੇ ਦਸਤਾਰ ਨਹੀਂ ਹੈ ਤੇ ਆਉਣ ਵਾਲੇ ਹੋਲੇ ਮਹੱਲੇ ਦੇ ਮੌਕੇ ਦੇ ਉੱਤੇ ਸਾਡੇ ਸਿਰ ਦੇ ਉੱਤੇ ਦਸਤਾਰ ਹੋਵੇ ਜਦੋਂ ਅਸੀਂ ਅਨੰਦਪੁਰ ਸਾਹਿਬ ਆਈਏ। ਤੇ ਜੇ ਸਾਡੀਆਂ ਜੇਬਾਂ 'ਚ ਨਸ਼ਾ ਰਹਿੰਦਾ ਹੈ ਤੇ ਆਉਣ ਵਾਲੇ ਹੋਲੇ ਮਹੱਲੇ ਦੇ ਉੱਤੇ ਉਹ ਨਸ਼ਾ ਸਾਡੀਆਂ ਜੇਬਾਂ ਤੋਂ ਨਹੀਂ ਸਾਡੀ ਜ਼ਿੰਦਗੀਆਂ ਤੋਂ ਖਤਮ ਹੋ ਜਾਏ, ਇਹ ਅਰਦਾਸ ਕਰਕੇ ਜਾਈਏ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ। ਅੰਤ ਦੇ ਵਿੱਚ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ, ਹੋਲੇ ਮਹੱਲੇ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ। ਖਿਮਾ ਦਾ ਜਾਚਕ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ ਤਖਤ ਸਾਹਿਬ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਵਿਹੜੇ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸਮੂਹ ਖਾਲਸਾ ਪੰਥ ਹਾਜ਼ਰ ਹੋਇਆ ਹੋਲਾ ਮਹੱਲਾ ਮਨਾਉਣ ਵਾਸਤੇ। ਜਦੋਂ ਦੁਨੀਆ ਕੋਰੋਨਾ ਵਾਇਰਸ ਦੇ ਭੈ ਦੇ ਨਾਲ ਭੈ ਭੀਤ ਹੋਈ ਪਈ ਹੈ, ਡਰ ਦੇ ਨਾਲ ਕੰਬ ਰਹੀ ਹੈ, ਐਸੇ ਹਾਲਾਤਾਂ ਦੇ ਵਿੱਚ ਜੇ ਕਿਸੇ ਨੇ ਖਾਲਸੇ ਦੀ ਬੇਪਰਵਾਹੀ ਦੇਖਣੀ ਹੈ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਆ ਕੇ ਦੇਖ ਸਕਦਾ ਹੈ। ਬੇਪਰਵਾਹ ਖਾਲਸਾ ਅੱਜ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਆਪਣੇ ਗੁਰੂ ਨੂੰ ਨਤਮਸਤਕ ਹੋਣ ਵਾਸਤੇ ਤੇ ਹੋਲਾ ਮਹੱਲਾ ਮਨਾਉਣ ਵਾਸਤੇ ਪਹੁੰਚਿਆ। ਇਹ ਕਿਸੇ ਕਰਾਮਾਤ ਤੋਂ ਘੱਟ ਹੈ। ਜਦੋਂ ਦੁਨੀਆਂ ਦੇ ਵਿੱਚ ਸਲਾਹਾਂ ਦਿੱਤੀਆਂ ਜਾ ਰਹੀਆਂ ਨੇ ਕਿ ਚਾਰ ਬੰਦਿਆਂ ਤੋਂ ਵੱਧ ਕਿਤੇ ਬੰਦੇ ਇਕੱਠੇ ਨਾ ਹੋਣ ਤੇ ਖਾਲਸਾ ਲੱਖਾਂ ਦੀ ਤਾਦਾਦ ਵਿੱਚ ਸ੍ਰੀ ਅਨੰਦਪੁਰ ਸਾਹਿਬ ਇਕੱਠਾ ਹੋਇਆ, ਇਹ ਗੁਰੂ ਦੀ ਕਰਾਮਾਤ ਹੀ ਹੈ, ਇਹ ਗੁਰੂ ਦੀ ਅਜ਼ਮਤ ਹੀ ਹੈ। ਦੂਸਰੀ ਬੇਨਤੀ ਮੈਂ ਕਰਾਂਗਾ ਕਿ ਵਕਤ ਬਹੁਤ ਹੋ ਗਿਆ, ਜ਼ਿਆਦਾ ਸਮਾਂ ਨਹੀਂ ਲੈਣਾ। ਅੱਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲੋਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਨਾਲੋਂ, ਸਾਡੇ ਤਖ਼ਤ ਸਾਹਿਬਾਨ ਦੇ ਨਾਲੋਂ ਤੋੜਨ ਵਾਲੇ ਜਿਹੜੇ ਨੇ ਬਹੁਤ ਹੈ,
ਜੋੜਨ ਵਾਲੇ ਜਿਹੜੇ ਨੇ ਉਹ ਬਹੁਤ ਘੱਟ ਹੈ, ਅੱਜ ਤੋੜਿਆ ਜਾ ਰਿਹਾ। ਤੇ ਮੈਂ ਇਸ ਪਾਵਨ ਧਰਤੀ ਤੋਂ ਆਪ ਸਾਰੀ ਸੰਗਤ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਰਹੇ ਨੇ, ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਜੋੜ ਰਹੇ ਨੇ, ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੇ ਬਾਕੀ ਤਖਤ ਸਾਹਿਬਾਨ ਨਾਲ ਜੋੜ ਰਹੇ ਨੇ, ਉਹਨਾਂ ਦਾ ਸਾਥ ਦਿਓ। ਕਿਉਂਕਿ ਉਹ ਤੋੜਨ ਵਾਲਿਆਂ ਮਗਰ ਤਾਂ ਦਿੱਲੀ ਦਰਬਾਰ ਖੜੋਤਾ ਹੋਇਆ, ਦਿੱਲੀ ਸਰਕਾਰ ਖੜੋਤੀ ਹੋਈ ਹੈ, ਹੋਰ ਹਮੇਸ਼ਾ ਹੀ ਖੜਦੀ ਆਈ ਹੈ। ਇਹ ਨਹੀਂ ਹੈ ਕਿ ਅੱਜ ਮੁਗਲਾਂ ਵੇਲੇ ਵੀ ਖੜੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਜੇ ਪਾਤਸ਼ਾਹ ਨੇ ਤਖਤ ਦੀ ਸਿਰਜਣਾ ਕੀਤੀ, ਉਸ ਵਕਤ ਦਿੱਲੀ ਦੀ ਹਕੂਮਤ ਜਿਹੜੀ ਹੈ ਉਹ ਇਸ ਤਖਤ ਦੇ ਖਿਲਾਫ ਸੀ। ਅੰਗਰੇਜ਼ਾਂ ਦਾ ਸਮਾਂ ਆਇਆ, ਉਸ ਵਕਤ ਕੀ ਵੀ ਹਕੂਮਤ ਜਿਹੜੀ ਹੈ ਇਸ ਤਖਤ ਦੇ ਖਿਲਾਫ ਸੀ। ਅੱਜ ਵੀ ਹਕੂਮਤਾਂ ਜਿਹੜੀਆਂ ਨੇ ਇਸ ਤਖਤ ਦੀ ਮੁਖਾਲਫਤ ਕਰਦੀਆਂ ਹੀ ਕਰਦੀਆਂ ਨੇ, ਕਦੇ ਕਿਸੇ ਰੂਪ ਚ ਕਰਦੀਆਂ ਨੇ, ਕਦੇ ਕਿਸੇ ਰੂਪ ਚ ਕਰਦੀਆਂ ਨੇ, ਕਦੇ ਸਿੱਧੇ ਰੂਪ ਚ ਕਰਦੀਆਂ ਨੇ, ਕਦੇ ਅਸਿੱਧੇ ਰੂਪ ਚ ਕਰਦੀਆਂ ਨੇ, ਕਦੇ ਦੇ ਨਾਲ ਕਰਦੀਆਂ ਨੇ ਤੇ ਕਦੇ ਟੇਢੇ ਢੰਗ ਦੇ ਨਾਲ ਕਰਦੀਆਂ ਨੇ, ਪਰ ਕਰਦੀਆਂ ਜ਼ਰੂਰ ਹੈ। ਇਸ ਕਰਕੇ ਸਾਧ ਸੰਗਤ ਜੀ, ਅਸੀਂ ਜੋੜਨ ਵਾਲਿਆਂ ਦਾ ਸਾਥ ਦੇਣਾ, ਤੋੜਨ ਵਾਲਿਆਂ ਦਾ ਸਾਥ ਨਹੀਂ ਦੇਣਾ। ਇਹ ਮੈਂ ਆਪ ਸਾਰੀ ਸੰਗਤ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਅਪੀਲ ਕਰਦਾ ਹਾਂ, ਔਰ ਨਾਲ ਇਹ ਵੀ ਬੇਨਤੀ ਕਰਦਾ ਹੈ ਕਿ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਆਏ ਹਾਂ ਹੋਲਾ ਮਹੱਲਾ ਮਨਾਉਣ ਵਾਸਤੇ। ਅੱਜ ਸਭ ਤੋਂ ਵੱਧ ਜੇ ਸਾਡੇ ਸਾਹਮਣੇ ਚੁਣੌਤੀ ਹੈ ਤੇ ਉਹ ਸਾਡੀ ਪਹਿਚਾਣ ਹੈ। ਪਿੰਡਾਂ ਦੇ ਵਿੱਚ ਸਾਡੀ ਪਹਿਚਾਣ ਨੂੰ ਖੋਰਾ ਲੱਗ ਰਿਹਾ, ਧੜਾ ਧੜ ਜਿਹੜੇ ਹੈ ਕੇਸ ਕਤਲ ਹੋ ਰਹੇ ਨੇ, ਧੜਾ ਧੜ ਸਿਰਾਂ ਤੋਂ ਦਸਤਾਰਾਂ ਲੈ ਰਹੀਆਂ ਨੇ। ਅੱਜ ਜ਼ਰੂਰਤ ਹੈ ਕਿ ਅਸੀਂ ਆਪਣੀ ਪਹਿਚਾਣ ਨੂੰ ਬਚਾਉਣ ਵਾਸਤੇ ਸਾਡੀਆਂ ਪੰਥਕ ਸੰਸਥਾਵਾਂ, ਜਿੰਨੀਆਂ ਵੀ ਸਾਡੀਆਂ ਪੰਥਕ ਸੰਸਥਾਵਾਂ ਨੇ ਜਿਹੜੀਆਂ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਨੇ, ਉਹ ਅੱਜ ਸਾਡੀ ਪਹਿਚਾਣ ਨੂੰ ਬਚਾਉਣ ਵਾਸਤੇ ਜਿਹੜਾ ਹੈ ਉਹ ਅੱਗੇ ਆਉਣ। ਸਾਡੀ ਨੌਜਵਾਨੀ ਜਿਹੜੀ ਹੈ ਨਸ਼ਿਆਂ ਦਾ ਸ਼ਿਕਾਰ ਹੋ ਰਹੀ ਹੈ, ਸਾਡੀਆਂ ਪੰਥਕ ਸੰਸਥਾਵਾਂ ਜਿਹੜੀਆਂ ਉਹਨਾਂ ਨੂੰ ਬਚਾਉਣ ਵਾਸਤੇ ਜ਼ਿੰਮੇਵਾਰੀ ਸੰਭਾਲ, ਪਾਵਨ ਧਰਤੀ ਤੋਂ ਇਹ ਪਰਨ ਕਰਕੇ ਜਾਣਾ ਕਿ ਜੇ ਅਸੀਂ ਕੇਸਾਂ ਦੀ ਬੇਅਦਬੀ ਕਰਦੇ ਹਾਂ ਤੇ ਆਉਣ ਵਾਲੇ ਹੋਲੇ ਮਹੱਲੇ ਦੇ ਉੱਤੇ ਅਸੀਂ ਕੇਸਾਂ ਸਹਿਤ ਹਾਜ਼ਰ ਹੋਈਏ, ਜੇ ਸਾਡੇ ਸਿਰਾਂ ਤੇ ਦਸਤਾਰ ਨਹੀਂ ਹੈ ਤੇ ਆਉਣ ਵਾਲੇ ਹੋਲੇ ਮਹੱਲੇ ਦੇ ਮੌਕੇ ਦੇ ਉੱਤੇ ਸਾਡੇ ਸਿਰ ਦੇ ਉੱਤੇ ਦਸਤਾਰ ਹੋਵੇ ਜਦੋਂ ਅਸੀਂ ਅਨੰਦਪੁਰ ਸਾਹਿਬ ਆਈਏ। ਤੇ ਜੇ ਸਾਡੀਆਂ ਜੇਬਾਂ 'ਚ ਨਸ਼ਾ ਰਹਿੰਦਾ ਹੈ ਤੇ ਆਉਣ ਵਾਲੇ ਹੋਲੇ ਮਹੱਲੇ ਦੇ ਉੱਤੇ ਉਹ ਨਸ਼ਾ ਸਾਡੀਆਂ ਜੇਬਾਂ 'ਚੋਂ ਨਹੀਂ, ਸਾਡੀ ਜ਼ਿੰਦਗੀਆਂ 'ਚੋਂ ਖਤਮ ਹੋ ਜਾਏ, ਇਹ ਅਰਦਾਸ ਕਰਕੇ ਜਾਈਏ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ। ਅੰਤ ਦੇ ਵਿੱਚ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ, ਹੋਲੇ ਮਹੱਲੇ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ, ਖਿਮਾ ਦਾ ਜਾਚਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।